ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਆਪਣਾ ਪੰਜਾਬੀ ਵੈਰੀਅਸ ਸਪੋਰਟਸ ਕਲੱਬ ਹੰਬੋਰ ਦੇ ਵਿੱਚ ਚੱਲ ਰਿਹਾ, ਔਰ ਸਾਡਾ ਪੰਜਾਬੀ ਵੈਰੀਅਸ ਦਾ ਕਲੱਬ ਦਾ ਇੱਕ ਹੀ ਟਾਰਗੇਟ ਆ ਕਿ ਪੰਜਾਬ ਦੀ ਬੌਕਸਿੰਗ ਨੂੰ ਚੱਕਣਾ, ਹੈ ਨਾ। ਪੰਜਾਬ ਦੇ ਹਰ ਉਸ ਪਲੇਅਰ ਨੂੰ ਚਾਂਸ ਦੇਣਾ ਚੰਗੇ ਲੈਵਲ 'ਤੇ ਜੋ ਪੰਜਾਬ ਦੇ ਪਲੇਅਰਸ ਹੈ ਨਾ, ਉਹਦੇ ਲਈ ਇਹ ਪੰਜਾਬ ਦੇ ਪੰਜਾਬ ਦੀ ਸੀਨੀਅਰ ਸਟੇਟ ਕਰਵਾਈ ਪਿੱਛੇ ਜੀ ਬੋਇਜ਼ ਦੀ, ਹੁਣ ਅਸੀਂ ਪੰਜਾਬ ਦੀ ਗਰਲਸ ਦੀ ਸੀਨੀਅਰ ਸਟੇਟ ਕਰਵਾ ਰਹੇ ਹਾਂ। ਹੋ ਸਕਦਾ ਸਾਡਾ ਪਲੈਨਸ ਚੱਲ ਰਿਹਾ ਸੀਨੀਅਰ ਨੈਸ਼ਨਲ ਕਰਵਾਈਏ, ਪੰਜਾਬ ਲਈ ਲਗਾਤਾਰ ਟੂਰਨਾਮੈਂਟ ਕਰਾਵਾਂਗੇ, ਉਹ ਪੰਜਾਬ ਦੇ ਜਿੰਨੇ ਵੀ ਪਲੇਅਰਸ ਆ ਉਹਨਾਂ ਨੂੰ ਇੱਕ ਚੰਗੇ ਲੈਵਲ ਦਾ ਮੌਕਾ ਦੇਵਾਂਗੇ। ਜੋ ਕਿ ਸਾਰਿਆਂ ਨੂੰ ਪਤਾ ਵੀ ਆਪਣੇ ਪੰਜਾਬੀ ਵੈਰੀਅਸ ਕਲੱਬ ਦੇ ਨਾਲ ਗੁਰਚਰਨ ਭਾਜੀ USA ਤੋਂ, ਹਰਦੀਪ ਭਾਜੀ ਪਟਿਆਲੇ ਤੋਂ, ਪਰਮਿੰਦਰ ਭਾਜੀ ਇੰਗਲੈਂਡ ਤੋਂ, ਮਨਦੀਪ ਸਿੰਘ ਇੰਟਰਨੈਸ਼ਨਲ ਬੌਕਸਰ ਹੰਬੋਰ ਤੋਂ, ਹੈ ਨਾ, ਕਾਫੀ ਜੋ ਸਾਡੀ ਟੀਮ ਆ ਜੋ ਕਿ ਬੌਕਸਿੰਗ ਲਈ ਕੰਮ ਕਰ ਰਹੀ ਹੈ ਔਰ ਕਰਦੇ ਰਹਾਂਗੇ। ਪੰਜਾਬ ਦੀ ਬੌਕਸਿੰਗ ਲਈ ਕਰਾਂਗੇ ਅਸੀਂ, ਪੰਜਾਬ ਦੇ ਵਿੱਚ ਜੋ ਵੀ ਸਾਡੇ ਮੁਕਤਸਰ ਜ਼ਿਲ੍ਹੇ ਦੇ ਔਰ ਫਾਜ਼ਿਲਕਾ ਜ਼ਿਲ੍ਹੇ ਦੇ ਸਾਡੇ ਕੋਲ ਬੱਚੇ ਟ੍ਰੇਨਿੰਗ ਕਰਨ ਆਉਂਦੇ ਆ, ਉਹ ਬੱਚੇ ਪੰਜਾਬ ਖੇਡਣ ਵਾਸਤੇ ਜੋ ਜਾਂਦੇ ਆ, ਜੂਨੀਅਰ ਸੀਨੀਅਰ ਇੰਟਰ ਕੋਲਜ ਕੋਈ ਬੱਚਾ ਜਾਂਦਾ, ਜਿਹੜਾ ਬੱਚਾ ਪੰਜਾਬ ਦੇ ਵਿੱਚੋਂ ਫਾਜ਼ਿਲਕਾ ਜ਼ਿਲ੍ਹੇ ਮੁਕਤਸਰ ਜ਼ਿਲ੍ਹੇ ਦਾ ਬੱਚਾ ਮੈਡਲ ਲੈ ਕੇ ਆਇਆ ਕਰੂਗਾ, ਗੋਲਡ ਨੂੰ 3,000 ਰੁਪਇਆ ਦਿਆ ਕਰਾਂਗੇ, ਸਿਲਵਰ ਨੂੰ 2,000 ਰੁਪਇਆ ਦਿਆ ਕਰਾਂਗੇ ਔਰ ਬ੍ਰੌਂਸ ਨੂੰ 1,000 ਰੁਪਇਆ ਦਿਆ ਕਰਾਂਗੇ। ਸਾਡੇ ਕਲੱਬ ਵੱਲੋਂ ਗੁਰਚਰਨ ਭਾਈ ਦਾ ਕਹਿਣਾ ਕਿ ਅਸੀਂ ਬੱਚਿਆਂ ਨੂੰ ਇੱਕ ਸਪੋਰਟ ਕਰਾਂਗੇ, ਔਰ ਜੋ ਸੀਨੀਅਰ ਸਟੇਟ ਅਸੀਂ ਅਕਤੂਬਰ ਦੇ 11-12 ਤਰੀਕ ਨੂੰ ਪੰਜਾਬ ਲਈ ਔਰ ਪੰਜਾਬ ਦੀ ਬੌਕਸਿੰਗ ਨੂੰ ਅੱਗੇ ਜਾਣ ਵਾਸਤੇ ਕਰਵਾ ਰਹੇ ਹਾਂ, ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਜੋ ਗਰਲਸ ਪਹਿਲੇ ਨੰਬਰ 'ਤੇ, ਦੂਜੇ ਨੰਬਰ 'ਤੇ, ਤੀਜੇ ਨੰਬਰ 'ਤੇ ਆਉਣਗੇ, ਉਹਨਾਂ ਨੂੰ ਚੰਗੇ ਪ੍ਰਾਈਜ਼ ਦਿੱਤੇ ਜਾਣਗੇ। ਔਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ, ਵੀਡੀਓ ਸ਼ੇਅਰ ਕਰਿਆ ਕਰੋ, ਤਾਂ ਕਿ ਜੋ ਕਿ ਪੰਜਾਬ ਦੇ ਜਿਹੜੇ ਚੰਗੇ ਬੌਕਸਰ ਆ ਔਰ ਪੰਜਾਬ ਦੀ ਬੌਕਸਿੰਗ ਇੱਕ ਚੰਗੇ ਲੈਵਲ 'ਤੇ ਲਿਜਾ ਸਕੀਏ। ਪੰਜਾਬ ਦੀ ਬੌਕਸਿੰਗ ਵਾਸਤੇ ਕਰ ਰਹੇ ਹਾਂ ਸਾਡਾ ਕਲੱਬ, ਪੰਜਾਬ ਦੀ, ਪੰਜਾਬ ਦੇ ਜੋ ਪਲੇਅਰਸ ਦਾ ਬੌਕਸਿੰਗ ਲਈ ਉਹਨਾਂ ਦੀ ਸੇਵਾ ਕਰ ਰਹੇ ਹਾਂ। ਬਹੁਤ ਜਲਦ ਅਸੀਂ ਲੀਗ ਸ਼ੁਰੂ ਕਰ ਰਹੇ ਹਾਂ ਤਾਂ ਜੋ ਕਿ ਹਰ ਪਲੇਅਰ ਪੰਜਾਬ ਦੇ ਨੂੰ ਜੋ ਵੀ ਆ ਇੱਕ ਪੈਸਾ ਕਮਾਉਣ ਦਾ ਮੌਕਾ ਮਿਲ ਸਕੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।